ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਸਾਡਾ ਪਹਿਲਾ ਵਲੌਗ ਆ ਤੇ ਸਾਡੀ ਅਖਾੜਾ ਚੱਲਿਆ ਜੀ। ਅਖਾੜਾ ਤਾਂ ਨਹੀਂ ਕਹਾਂਗਾ, ਆਪਾਂ ਚੱਲੇ ਹਾਂ ਮੱਲੇ 'ਚ। ਮੱਲਾ ਹੈਗਾ ਹੈ ਗੀਤਾ ਕਲੋਨੀ ਦਾ, ਗੀਤਾ ਕਲੋਨੀ ਦਾ ਗੁਰਦੀਪ ਸਿੰਘ ਸੂਰਾ ਕਰਾ ਰਹੇ ਨੇ ਅਖਾੜਾ ਮੱਲਾ। ਅਤੇ ਇੱਥੇ ਫੌਜਾਂ ਆਈਆਂ ਨੇ, ਫੌਜਾਂ ਆਈ ਨੇ ਪੰਜਾਬ ਤੋਂ, ਹਰਿਆਣਾ ਤੋਂ ਅਤੇ ਯੂਪੀ ਤੋਂ ਅਤੇ ਹਿਮਾਚਲ ਤੋਂ ਵੀ ਫੌਜਾਂ ਆਈਆਂ ਨੇ। ਅਤੇ ਆਪਾਂ ਬੈਠੇ ਹਾਂ ਹੁਣ ਇਹ ਪੀਜ਼ਾ ਹੱਟ 'ਚ, ਸਾਡਾ ਅਖਾੜਾ ਕੁਛ ਖਾਣ। ਪਹਿਲਾਂ ਆਪਾਂ ਛੱਕ ਲਈ ਪੇਟ ਪੂਜਾ ਕਰੀਏ, ਫਿਰ ਮੱਲਾ ਜੁਆਇਨ ਕਰਦੇ ਹਾਂ। ਤੇ ਮੱਲਾ ਇਸ ਪਾਸੇ ਆਊਗਾ, ਪਹਿਲੇ ਬਾਣਾ ਪਾਏਂਗੇ। ਹਾਂ, ਆਪਾਂ ਬਾਣਾ ਵੀ ਚੇਂਜ ਕਰਨਾ ਜੇ, ਬਾਣਾ ਬਾਣਾ ਤਾਂ ਪਾਣੀ ਵੀ ਆ ਬਾਣਾ ਸਾਡਾ। ਓਏ ਦੇਖਾ ਬੈਗ ਨਾ ਪਾ, ਪਿਆ ਸਾਡਾ ਇੱਥੇ 'ਚ ਮੇਰਾ ਇੱਕ ਇੱਥੇ ਪਿਆ ਬਾਣਾ, ਇੱਕ ਉਹਦੇ ਬੈਗ 'ਚ। ਇਹ ਦੇਖੋ ਇਹਨੂੰ ਫ੍ਰੀ ਫਾਇਰ ਦੀ ਪਈ ਆ। ਵੀ ਬੰਦੇ ਦੇਖੋ ਕਿਹੜੀ ਕਿਹੜੀ ਆਏਗੀ, ਜ਼ਿਆਦਾ ਬੰਦਾ ਆਪਾਂ ਲੈ ਕੇ ਨਹੀਂ ਆਏਗੀ। ਇੱਕ ਹਰਸ਼ ਸਾਡੇ ਸਰਦਾਰ ਜੀ, ਹਰਸ਼ ਜੀ, ਸਿਮਰਨ ਜੀ, ਸੌਰੀ ਹਰਸਿਮਰਨ, ਕਰਵਾਏ ਦੋ ਚੀਜ਼ਾਂ ਕਰਵਾਈਆਂ। ਮੈਂ ਵਲੌਗ ਬਣਾਊਂਗਾ, ਤੂੰ ਬਣਾ ਲਈ, ਰੁਕ ਜਾ ਅਤੇ ਕਰਵਾਈਆਂ ਅਤੇ ਬਾਅਦ 'ਚ ਵੇਖਦੇ ਹਾਂ। ਚਲੋ ਆਪਾਂ ਤੁਹਾਨੂੰ ਵੇਟ ਕਰਦੇ ਹਾਂ ਆਉਣ ਦਾ। ਅਤੇ ਆਪਾਂ ਬੈਠੇ ਹਾਂ ਕਿ ਸਾਨੂੰ ਪਤਾ ਇੰਨੀ ਜਿਹੀ ਛੇਤੀ ਮੱਲਾ ਚੱਲੂ ਨਹੀਂ ਹੁੰਦਾ। ਮੱਲਾ ਇੱਧਰ ਹੀ ਆਊਗਾ ਤਾਂ ਆਪਾਂ ਫੜ ਲਾਂਗੇ ਵਿੱਚ, ਠੀਕ ਆ ਵਲੌਗ। ਅਤੇ ਆਪਾਂ ਦੂਜੇ ਅਕਾਊਂਟ ਵਾਸਤੇ ਵੀ ਆਪਾਂ ਬਣਾ ਲਈਏ ਨਾ ਵਲੌਗ, ਦੂਜਾ ਅਕਾਊਂਟ ਵੀ ਸਾਡਾ ਖਾਲੀ ਬੈਠਾ ਜੀ। ਅਤੇ ਇਹ ਸਭ ਤੋਂ ਭਾਰੀ ਬੰਦਾ ਹੈ ਇਹਦੇ ਵਿੱਚ, ਸਾਡੇ ਚਾਰਾਂ ਨੂੰ ਸਭ ਤੋਂ ਭਾਰੀ ਹੈ। ਬਸ ਬਸ ਵੀਰੇ ਬਸ, ਬੰਦ ਕਰ ਲਓ। ਓ ਬਾਈ ਹੁਣ ਆਪਾਂ ਨਾ ਲਿੱਤਾ ਸੀਗੇ ਦੋ ਪੀਜ਼ੇ ਲਿੱਤੇ ਸੀ। ਇੱਕ ਲਿਖਾ ਸੀਗਾ ਸਮਾਲ ਲਿੱਤਾ ਸੀਗਾ ਨਾ, ਇੱਕ ਲਿੱਤਾ ਸੀ ਸਮਾਲ ਮਾਰਗੇਟਾ ਅਤੇ ਇੱਕ ਲਿੱਤਾ ਸੀਗਾ ਪਨੀਰ, ਤੰਦੂਰੀ ਪਨੀਰ ਸੀਗਾ, ਤੰਦੂਰੀ ਪਨੀਰ ਮੀਡੀਅਮ। ਅਤੇ ਹੁਣ ਕੀ ਸੀਨ ਪਿਆ, ਸਾਨੂੰ ਨਾ ਛੋਟਾ ਪੈ ਗਿਆ ਚਾਰ ਬੰਦਿਆਂ ਨੂੰ ਦੋ ਪੀਜ਼ਾ, ਅਤੇ ਹੁਣ ਇੱਕ ਕਰਵਾਇਆ ਆਪਾਂ ਮੀਡੀਅਮ। ਅਤੇ ਸਾਡੇ ਜਿਹੜੇ ਸਪੋਂਸਰ ਨੇ, ਆਹ ਤੁਹਾਡੇ ਕੈਮਰਾਮੈਨ ਆ ਸਾਡਾ ਸਪੋਂਸਰ, ਉਹ ਪੈਸੇ ਦੇ ਦਿੱਤੇ ਜੀ। ਠੀਕ ਆ, ਪਿੱਛੇ ਐਕਸ਼ਨ ਦਿਖਾ ਲਓ ਆਪਣੀ, ਓਟ ਕੇ ਮੂੰਹ ਮੇ ਜੀਰਾ ਡਾਲ ਆ ਗਿਆ, ਬੰਦਾ ਬੜਾ ਦਿਲਦਾਰ ਹਾਂ, ਆ ਰਿਹਾ ਆ ਰਿਹਾ ਬੰਦਾ ਸਪੋਂਸਰ ਸਾਡਾ। ਓਟ ਕੇ ਮੂੰਹ ਮੇ ਜੀਰਾ ਡਾਲਣ ਦੀ ਕੀ ਬਾਤ ਹੈ, ਆਲਾ ਕੰਮ ਹੋਇਆ ਸਾਡੇ ਨਾਲ, ਆਪਾਂ ਛੱਕ ਤਾਂ ਲਿਆ ਪਰ ਸਾਨੂੰ ਫਰਕ ਨਹੀਂ ਪਿਆ ਜਰਾ ਜੀ। ਬਿਲ ਕਰਨਾ, ਬਿਲ ਤਾਂ ਭਰੀ ਪਈ। ਤੇ ਹੁਣ ਅਸੀਂ ਨਾ ਆਪਾਂ ਬੈਠੇ ਹਾਂ, ਜਾਣਦੇ ਹਾਂ, ਦੇਖਦੇ ਹਾਂ ਕੀ ਬਣਦਾ ਸਾਡਾ। ਮੈਂ 500 ਦੀ ਪਾਰਟੀ ਦੇ ਦਿੱਤੀ, ਤੁਸੀਂ 1, 2, 3, 3000 ਤੱਕ ਦੀ ਪਾਰਟੀ ਚਾਹੀਏ ਹਮਕੋ। ਬਹੁਤ ਮੈਨੂੰ ਕਿਹੜੀ 500 ਦੀ, ਆਹ ਹਾਂ ਸ਼ਿਟ ਰੋ, ਆ ਭੁੱਲ ਗਏ ਸੀਗੇ। ਅਤੇ ਥੈਂਕ ਯੂ, ਇੱਕ ਹੋਰ ਗੱਲ, 3000 ਕਰਨ ਦੀ ਥੈਂਕ ਯੂ, ਮੈਂ ਭੁੱਲ ਗਿਆ ਸੀ ਕਹਿਣਾ, ਧੰਨਵਾਦ। 3000 ਹੋ ਗਿਆ ਅੱਡੇ, ਅਤੇ ਹੁਣ ਜੇ ਛੇਤੀ ਛੇਤੀ ਇਹਨੂੰ 5000 ਪਹੁੰਚਾਓ, ਅਤੇ ਛੇਤੀ ਛੇਤੀ 5000 ਕਰੋ ਅਤੇ ਸਾਡੇ ਪੈਸੇ ਆਉਣ। ਮਾਇਆ ਆਊਗੀ ਤਾਂ ਆਪਾਂ ਕਰਾਂਗੇ ਨਾ ਪਾਰਟੀ ਵਾਰਟੀ, ਅਸੀਂ ਤਾਂ ਬਿਨਾਂ ਮਾਇਆ ਤਾਂ ਹੁੰਦੀ ਨਹੀਂ। ਚਲੋ ਫਿਰ ਆਉਣ ਦੀ ਵੇਟ ਕਰਦੇ ਹਾਂ, ਨਵਾਂ ਪੀਜ਼ਾ। ਨਵਾਂ ਪੀਜ਼ਾ ਨਹੀਂ, ਪੀਜ਼ਾ ਓਨਲੀ ਪੀਜ਼ਾ ਬਾਈ, ਆ ਦੋ ਪੁਰਾਣੇ ਹੋ ਗਏ। ਓਕੇ ਵੀਰ ਜੀ, ਪੰਜਵੀਂ ਹੋਣੀ ਆ, ਪੰਜਵੀਂ ਗਏ ਪੰਜਵੀਂ। ਮੈਂ ਇੱਕ ਗੱਲ ਦੱਸਦਾ, ਪਤਲੇ ਇਹ ਲੋਕ ਨੇ ਪਰ ਡਬਲ ਵੀ ਇਹ ਖਾਂਦੇ ਪਏ ਨੇ, ਔਰ ਅਸੀਂ ਮੋਟੇ ਲੋਕ ਖਾਣਾ ਲੱਗੇ ਡਬਲ ਇੰਨੇ ਖਾਣਾ ਹੈ ਜੀ। ਦੇਖੋ ਸਾਡਾ ਪੀਜ਼ਾ ਦਿਖਾ ਯਾਰ, ਖਾਂਦਾ ਹੁਣ ਕੀ ਦਿਖਾਉਂਦਾ ਯਾਰ, ਹੁਣ ਨਹੀਂ ਦਿਖਾਉਣਾ, ਹੁਣ ਤਾਂ ਆਪਾਂ ਦੱਸਣ ਡੇ ਆ, ਆਲ ਆ ਗਿਆ ਸਾਡਾ ਮਾਰਗਰੀਟਾ, ਇਹ ਰੱਖੋ ਖਤਮ ਆ ਯਾਰਾ। ਤੇ ਅਸੀਂ ਮਿਲਦੇ ਹਾਂ ਪੀਜ਼ਾ ਖਾਣ ਤੋਂ ਬਾਅਦ, ਬਾਏ। ਜਿੰਨੀ ਮਰਜ਼ੀ ਪਾਓ, ਪੈਸੇ ਤਾਂ ਆਉਂਦਾ ਤੇ ਇੱਕ ਬੂੰਦ ਵੀ ਨਾ ਪਾਉਂਦਾ। ਅਗਰ ਵਿਸ਼ਵਾਸ ਬਣਿਆ ਅਮੀਰੋ ਕੇ ਇਨਸਾਨ ਆਪਣੀ ਪਲੇਟ ਤੋਂ ਦਿਖਾ ਲੋ ਭਾਈ, ਮੇਰੀ ਪਲੇਟ ਪਲੇਟ ਦਿਖਾ ਦੇ ਭਾਈ, ਸਬਜ਼ੀਆਂ ਗੁਰਦੁਆਰੇ ਸਾਹਿਬ ਲੋ ਕੈਮਰਾ ਕੈਮਰਾ ਉੱਧਰ ਬਣਾ ਦੇ, ਹਾਂ ਬਣਾਈ ਵੀਡੀਓ ਬਣਾਈ, ਪੀਛੇ ਮਤ ਕਰਿਓ, ਉਹ ਵੀ ਰਾਤ ਦੇਤੇ ਪੀਛੇ ਘੜੇ ਦੀ, ਉਹਦੇ ਕਾ ਵੀ ਘੋੜੇ ਗਿਆ।
ਤੇ ਲੋ ਬੋਲੋ ਉਹਦੇ ਕੋ ਤੇ ਮੂੰਹ ਚ ਵਾੜ ਦੇ ਨਾ ਮੇਰੇ ਥੋੜੇ ਪਿੱਛੇ ਅਰੇ ਪੈ ਜਾ ਮੇਰੇ ਉਹਦੇ ਪਿੱਛੇ ਬੱਸ ਖੜੇ ਦੇਖਾ ਅੱਛਾ ਚੱਲਨੇ ਵਾਲੇ ਆ ਸਟਾਪ ਕਰ ਦੂੰ आया खलो पिछे खलो ये हम आप आ गए दरबार साहब अंदर चलते ਤੁਸੀਂ ਆ ਗਏ ਦਰਬਾਰ ਸਾਹਿਬ ਵਿੱਚ ਅੰਦਰ ਜਾਂਦੇ ਆ ਦਰਬਾਰ ਸਾਹਿਬ ਵਿੱਚ ਆ ਗਿਆ ਹਾਂ ਬਾਈ ਸੋਹਣਾ ਆ ਨਾ ਥੋੜਾ ਇਹਦੀ ਵੈਲਿਊ ਦੱਸੀ ਕਿੰਨੀ ਵੈਲਿਊ ਦੱਸ ਕਿੰਨੀ ਹੋ ਗਈ ਇਹਦੀ ਤਵੀਰੇ ਸਾਡੇ ਕੰਪੀਟੀਸ਼ਨ ਵਾਲੇ ਨੇ ਅਖਾੜੇ ਆਏ ਨੇ ਪਿੱਛੇ ਅਖਾੜਾ ਆ ਇੱਕ ਅਖਾੜਾ ਉੱਤੇ ਖੜਾ ਆ ਤੇ ਦੋ ਅਖਾੜੇ ਆਪਾਂ ਪਿੱਛੇ ਵੇਖੇ ਸੀ ਦੋ ਅਖਾੜੇ ਪਿੱਛੇ ਨੇ ਤੇ ਦੋ ਅਖਾੜੇ ਇੱਕ ਅਖਾੜਾ ਇੱਥੇ ਵੀ ਆ ਬਾਹਰ ਆ ਦਿਖਾ ਅਖਾੜਾ ਦਿਖਾ ਇੱਕ ਅਖਾੜਾ ਆ ਰਿਹਾ ਜਿਹੜਾ ਸਾਹਮਣੇ ਆ ਘੋੜੀ ਦੇ ਪਿੱਛੇ ਇੱਕ ਸਾਡੇ ਪਿੱਛੇ ਆ ਘੋੜੀ ਦੇ ਪਿੱਛੇ ਦਿਖਾ ਉੱਤੇ ਕਰਕੇ ਇੱਕ ਉੱਥੇ ਖੜਾ ਸੀ ਖੜਾ ਤੇ ਦੋ ਅਖਾੜੇ ਪਿੱਛੇ ਨੇ ਪਿੱਛੇ ਵਾਲੀ ਉੱਤੇ ਦਿਖਾ ਆ ਦਰਬਾਰ ਸਾਹਿਬ ਉੱਤੇ ਆ ਠੀਕ ਹੈ ਚਲੋ ਮੱਥਾ ਟੇਕ ਕੇ ਚੱਲਦੇ ਆ ਅੰਦਰ ਪਹਿਲਾਂ ਅੰਦਰ ਮੱਥਾ ਟੇਕ ਕੇ ਆਉਂਦੇ ਆ ਫੇਰ ਕਰਦੇ ਆ ਵੀਰ ਗੁਰਬੀਰ ਸਿੰਘ ਜੀ ਦਾ ਸਨਮਾਨ ਕਰ ਰਹੇ ਨੇ ਹਰਸ਼ ਬਹੋਦਰਾ ਜੀ ਉਹ ਵੀ ਅੱਗੇ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਡੇਰਾ ਬਾਬਾ ਕਲਮ ਸਿੰਘ ਜੀ ਦੇ YouTube ਚੈਨਲ ਉੱਤੇ ਚੱਲ ਰਿਹਾ ਹੈ ਅਕਾਲ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਤਿਆਰ ਆ ਮੈਂ ਆ ਗਿਆ ਤਿਆਰ ਹੋ ਗਿਆ ਹੁਣ ਆ ਬੰਦੇ ਤਿਆਰ ਹੁੰਦੇ ਨੇ ਆ ਹੋ ਗਿਆ ਤਿਆਰ ਉਹ ਤਿਆਰ ਹੋ ਰਿਹਾ ਨੇ ਹੁਣੇ ਤੇ ਆ ਸਾਡੇ ਸਿੰਘ ਤਾਂ ਤਿਆਰ ਹੀ ਸੀ ਇਹਨੂੰ ਬਣਾ ਪਵਾਏ ਨਹੀਂ ਆਪਾਂ ਤੇ ਹੁਣ ਆਪਾਂ ਸੀਨ ਕੀ ਆਪਾਂ ਅਮਲ ਹੋ ਗਿਆ ਸਟਾਰਟ ਆਪਾਂ ਬਸ ਕੱਪੜੇ ਜੀਤ ਕਰ ਲਏ ਆ ਆਪਾਂ ਉੱਥੇ ਬੈਠੇ ਜੀ ਨਿਹੰਗ ਸਿੰਘ ਬੈਠੇ ਜੀ ਇੱਥੇ ਉੱਥੇ ਬੈਠੇ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੀ ਸੀਨ ਸੀਗਾ ਆਹ ਥਾਂ ਆ ਜਿੱਥੇ ਆ ਕੇ ਸਾਰੇ ਬੰਦੇ ਰੁਕੇ ਸੀ ਲਈ ਇਹਨੂੰ ਦੇ ਤੇ ਹੁਣ ਆਪਾਂ ਇੱਥੇ ਰੁਕੇ ਆਹ ਬੰਦੇ ਇੱਥੇ ਸੀਗੇ ਰਾਤ ਦੇ ਬਾਈ ਸਤਿ ਸ਼੍ਰੀ ਅਕਾਲ ਆਹ ਸਾਰੇ ਇੱਧਰ ਹੀ ਸੀ ਮੇਰੇ ਸਭ ਤੇ
ਤੇ ਇੱਧਰ ਥਾਂ ਆ ਵਾਸ਼ਰੂਮ ਵਾਸ਼ਰੂਮ ਹੋਣੇ ਆ ਅਤੇ ਇਸ ਪਾਸੇ ਚੱਲਦੇ ਹਾਂ ਆਪਾਂ ਆਹ ਨੀਚੇ ਥਾਂ ਜਾਣ ਦੀ ਥਾਂ ਜੀ ਅਤੇ ਫਿਰ ਆਪਾਂ ਨੀਚੇ ਚੱਲਦੇ ਹਾਂ ਮੁਹੱਲੇ 'ਚ ਫਿਰ ਕਰਦੇ ਹਾਂ ਗੱਲ चलो असि जा रहे हूँ महल च देखो ड्रोन कितने हो रहा कीड़ा ड्रोन महल की तैयारी हो गई है महला निकल रहा है जंगली घोड़े ने मतलब बुड्ढा दल के घोड़े ने बुड्ढा दलिया ना बेटे बुड्ढा दल के घोड़े ने छुट गया तेरे साढ़े तक अगे आ महल तो थोड़ा ठीक है महल तो थोड़ा अगे आ थोड़ा बच के चलते हैं खेडना भी आप फिर ठीक है आप लग ना जाए सट ना हम घोड़े सुनने जंगल
ਜੰਗੀ ਘੋੜੇ ਹੁੰਦੇ ਆ ਜੰਗੀ ਜੰਗਲੀ ਨਹੀਂ ਜੰਗੀ ਜੰਗੀ ਘੋੜੇ ਬੁੱਢਾ ਥੱਲੇ ਉਹ ਨਹੀਂ ਹੁੰਦੇ ਆ ਅੱਜ ਲਾ ਤੁਸੀਂ ਇੱਕ ਵਾਰੀ ਖਾ ਕੇ ਦੇਖੋ ਤੁਹਾਨੂੰ ਮਜ਼ਾ ਆਊਗਾ ਠੀਕ ਰਹਿੰਦੇ ਆ ਜੀ ਬੋਲੋ बुड्ढा दल दे चंगी घोड़े ਇਹ ਘੋੜੇ ਬੜੀ ਗੰਦੀ ਲੱਟ ਮਾਰਦੇ ਨੇ ਤੇ ਇਹ ਆ ਗਏ ਸਾਡੇ ਡੁਪਲੀਕੇਟ ਘੋੜੇ ਘੋੜੇ ਨਹੀਂ ਆ ਉਹ ਊਟ ਡੁਪਲੀਕੇਟ ਘੋੜੇ ਇਹ ਆ ਊਟ ਇਹ ਹੁਣ ਆਪਾਂ ਚੱਲਦੇ ਆ ਚੱਲੀ ਵਾਈ ਤੇ ਦਿਖਾ ਵੀਰੇ ਵੜਿਆ ਵੀਰੇ रणवीर भी आया लगता है फिर आता ऐसी आ गया मल्ले ते पहले से आगे चले गए सी अब वापस मल्ले ते आ गया ਜਾਵਾਂਗੇ ਤੇ ਵੀਡੀਓ ਬਣੂਗੀ ਤੁਹਾਨੂੰ ਦਿਖਾ ਦਾਂਗੇ ਤੇਜ਼ ਬੋਲੋ ਤੇਜ਼
ਵੀਡੀਓ ਵਿੱਚ ਆ ਸੀ ਬੀਟ ਵਿੱਚ कैमरा साथ साथ चल रहा है कैसे जानते पे हो कितने जा रहे वीरे हेलो हाँ देखो पेटियां ले जानी है एक पेटी बस हाँ जी हाँ जी बाबा जी ले ली प्रमोशन कर देता दो ले लो यार आज तो इकट्ठा भी जाएगा एक ही एक और दे दो आ वीडियो पॉज करन दा पया ਆਪਾਂ ਹੁਣੇ ਮੱਲੇ ਤੋਂ ਬਾਲੇ ਆ ਗਏ ਆ ਤੇ ਆਪਾਂ ਕਿੱਥੇ ਆਏ ਸਾਨੂੰ ਆਪ ਨੂੰ ਨਹੀਂ ਪਤਾ ਠੀਕ ਆ ਚਲੋ ਹੁਣ ਆਪਾਂ ਖਾਣ ਲਈ ਪੀਣ ਲਈ ਪਾਣੀ ਲੈ ਰਿਹਾ ਸੀ ਕਿ ਆਪਾਂ ਮੱਲੇ ਤੋਂ ਬਾਲਾ ਅੱਗੇ ਆ ਗਏ ਆ ਫਿਰ ਪਿੱਛੇ ਜਾਣਾ ਪੜਾ ਇੱਧਰੋਂ ਨਹੀਂ ਉਹ ਪਿੱਛੇ ਆ ਬਾਈ ਮੱਲਾ ਜਿੱਥੋਂ ਸ਼ੁਰੂ ਹੋਇਆ ਚੱਲਦੇ ਆ ਬਾਈ ਰਾਮਲੀਲਾ ਮੈਦਾਨ ਆ ਦੇਖੋ ਸਾਨੂੰ ਨਾ ਇੱਕ ਚੀਜ਼ ਪਸੰਦ ਨਹੀਂ ਆ ਸਾਡੇ ਇੱਥੇ ਨਾ ਇੱਧਰ ਦਿਖਾ ਸਾਡੇ ਗੁਰਦੁਆਰੇ 'ਚ ਆਪਾਂ ਬਣਾਈ ਹੋਈ ਆ ਇੱਕ ਥਾਂ ਜਿੱਥੇ ਨਾ ਜਦੋਂ ਵੀ ਬੇਦਵੀ ਹੁੰਦੀ ਆ ਜਾਂ ਕੋਈ ਬਿਰਧ ਹੁੰਦੀ ਆ ਜੀ ਉਹਨੂੰ ਆਪਾਂ ਨਾ ਉਸ ਥਾਂ 'ਤੇ ਪਾ ਦਿੰਦੇ ਹਾਂ ਫਿਰ ਬੰਦੇ ਆਉਂਦੇ ਆ ਉਹਨੂੰ ਲੈ ਕੇ ਜਾਂਦੇ ਨੇ ਅਤੇ ਚੰਗੀ ਤਰ੍ਹਾਂ ਸੰਸਕਾਰ ਕਰਦੇ ਨੇ ਅਤੇ ਮੈਂ ਕਹਿੰਦਾ ਆ ਜਿਹੜੇ ਥਾਂ ਬਣਦੀ ਆ ਹਰ ਥਾਂ 'ਤੇ ਮੰਦਿਰ 'ਤੇ ਅਤੇ ਗੁਰਦੁਆਰਿਆਂ 'ਚ ਆ ਚੀਜ਼ ਹੋਣੀ ਚਾਹੀਦੀ ਆ ਜਿਹੜੀ ਵੀ ਬੇਦਵੀ ਹੁੰਦੀ ਆ ਇੱਦਾਂ ਨਾ ਆਪਾਂ ਸੁੱਤੀ ਆ ਦੇਖੋ ਗੀਤਾ ਪਈ ਆ ਇੱਦਾਂ ਖਾਈ ਆ ਗੀਤਾ ਪਈ ਆ ਅਤੇ ਹੁਣ ਗੀਤਾ ਦੀ ਬੇਦਵੀ ਨਹੀਂ ਹੋ ਰਹੀ ਇੱਦਾਂ ਗੰਦਗੀ 'ਚ ਪਈ ਆ ਹੈ ਔਰ ਤੂੰ ਦੱਸ ਬੇਦਵੀ ਨਹੀਂ ਆ ਗੀਤਾ ਦੀ ਆ ਗੰਦਗੀ 'ਚ ਸੁੱਤੀ ਹੋਈ ਆ ਮੰਦਿਰ ਸੁੱਟਿਆ ਹੋਇਆ ਮਾਤਾ ਜੀ ਉਹ ਸੁੱਤੀ ਆ ਅਤੇ ਮੈਂ ਕਹਿੰਦਾ ਆ ਕਿ ਤੁਸੀਂ ਨਾ ਉਹ ਬੈਗ ਮੈਂ ਡਾਲ ਦੇ ਯਾਰ ਤੁਹਾਨੂੰ ਕਹਿੰਦਾ ਆ ਜਦੋਂ ਜਿੰਨੇ ਵੀ ਗੁਰਦੁਆਰੇ ਨੇ ਮੰਦਿਰ ਨੇ ਉਹਨਾਂ ਸਭ ਥਾਂ 'ਤੇ ਇੱਕ ਛੋਟੀ ਜਗ੍ਹਾ ਬਣਾਓ ਜਿੱਥੇ ਆਪਾਂ ਹੱਥਾਂ ਤੋਂ ਰੱਖੀਏ ਅਤੇ ਫਿਰ ਇੱਕ ਵਾਰੀ ਮਹੀਨੇ 'ਚ ਜਾਂ 6 ਮਹੀਨਿਆਂ 'ਚ ਇਹਨਾਂ ਸਭ ਨੂੰ ਇਕੱਠਾ ਕਰੀਏ ਉਹਨਾਂ ਦਾ ਸੰਸਕਾਰ ਕਰੀਏ ਰੀਤੀ ਰਿਵਾਜ਼ਾਂ ਨਾਲ ਤਾਂ ਕਿ ਉਹਨਾਂ ਦੀ ਬੇਦਵੀ ਨਾ ਹੋਵੇ ਆਹ ਦੇਖੋ ਹੁਣੇ ਬੇਦਵੀ ਹੋ ਰਹੀ ਆ ਇਹ ਦੇਖੋ ਆਹ ਗੀਤਾ ਆ ਗੀਤਾ ਬੇਦਵੀ ਆ ਇਹ ਗੀਤਾ ਪੜ੍ਹੀ ਆ ਇਹ ਮਾਤਾ ਇਹ ਮੰਦਿਰ ਆ ਹੁਣ ਦੇਖ ਇੱਧਰ ਦਿਖਾ ਹੁਣ ਆਪਾਂ ਇਹਨਾਂ ਨੂੰ ਲਾਉਂਦੇ ਹਾਂ ਆਪਾਂ ਪੂਜਣ ਵਾਸਤੇ ਲਾਉਂਦੇ ਹਾਂ ਅਤੇ ਆਪਾਂ ਇਹਨੂੰ ਪੂਜ ਕੇ ਇਹਨਾਂ ਦੇ ਉੱਤੇ ਆਪਾਂ ਸਾਰੀ ਸ਼ਰਧਾ ਹੁੰਦੀ ਆ ਜੇ 2 ਮਿੰਟ ਲਈ ਟੁੱਟ ਗਏ ਤਾਂ ਸਾਡੀ ਸ਼ਰਧਾ ਖਤਮ ਅਤੇ ਸਾਨੂੰ ਜੇ ਟੁੱਟੀ ਆ ਨਾ ਜੇ ਆਪ ਬਿਰਧ ਹੋਈ ਆ ਇਹਨੂੰ ਚੁੱਕ ਕੇ ਸਾਨੂੰ ਸੁੱਟਣਾ ਨਹੀਂ ਚਾਹੀਦਾ ਇਹਨੂੰ ਚੁੱਕ ਕੇ ਆਪਾਂ ਸਾਰਾ ਸੰਸਕਾਰ ਕਰ ਦੇਣਾ ਚਾਹੀਦਾ ਇਹਨੂੰ ਵਿਸਰਜਿਤ ਕਰ ਦਿਉ ਨਦੀਆਂ 'ਚ ਅੱਜ ਜ਼ਿਆਦਾ ਸਹੀ ਆ ਨਾਲਿਆਂ 'ਚ ਤਾਂ ਨਾ ਹੀ ਕਰੋ ਮੈਂ ਕਹਿੰਦਾ ਅੱਜ ਕੱਲ੍ਹ ਤਾਂ ਨਾਲੇ 'ਚ ਹੀ ਕਰਦੇ ਨੇ ਬੰਦੇ ਨਦੀਆਂ 'ਚ ਕਰੋ ਗੰਗਾ 'ਚ ਜਾ ਕੇ ਕਰ ਦਿਉ ਕਿਸੇ ਹੋਰ ਥਾਂ 'ਤੇ ਕਰੋ ਪਰ ਇੱਦਾਂ ਨਾ ਸੁੱਟਿਓ ਜਿੱਦਾਂ ਆਹ ਸੁੱਟੀ ਪਈ ਆ ਥਾਂ 'ਚ ਪਤਾ ਨਹੀਂ ਕੀ ਕਿਸੇ 'ਚ ਸੁੱਟੀ ਪਈ ਆ ਚਲੋ ਛੱਡੋ ਬਣਾਈ ਹੋਈ ਤੇ ਉਸ ਤਰੀਕੇ ਨਾਲ
ਆਪਾਂ ਗੱਲ ਕਰਵਾ ਲਈ। ਹਾਂਜੀ फिर ऊपर जाके ये और फिर ये निशान साहब पे बैठते हैं। वाहेगुरु जी का खालसा जी फतेह। आज वीडियो की एंडिंग आ ठीक है। महल्ले तो आप हुआ है महला बड़ा सोहना सजाया जी महला कोई सोहनी तरीके से बनया सी वाहे बड़े आए छटंग खेडते सी बंदे ते घोड़े भी बिल्कुल चंगी घोड़े सी ते हुण आपां घरे आ गए वापस विच दा आपां बना नहीं पाई ते साडे नाल सीन भी कट गया तुहानू दसता सीन की होया सी अज्ज नाल मैटर च ਅਤੇ ਹੁਣ ਵੀਡੀਓ ਦੀ ਐਡਿੰਗ ਕਰਦੇ ਹਾਂ ਜੇ ਤੁਹਾਨੂੰ ਪਸੰਦ ਆਈ ਹੋਵੇ ਵੀਡੀਓ ਨੂੰ ਕਰ ਦਿਉ ਲਾਈਕ ਚੈਨਲ ਨੂੰ ਕਰ ਦਿਉ ਸਬਸਕ੍ਰਾਈਬ ਅਤੇ ਨਾਲ ਤੁਸੀਂ ਸ਼ੇਅਰ ਕਰ ਦੇਣਾ ਜਿਹਨੂੰ ਵੀ ਚਾਹੀਦੀ ਹੋਵੇ ਵਾਲੀ ਵੀਡੀਓ ਮੱਲੇ ਬਾਰੇ ਜਾਣਨਾ ਹੋਵੇ ਉਹਨੂੰ ਕਰ ਦੇਣਾ ਸ਼ੇਅਰ ਕਿ ਮੱਲਾ ਕਿੱਦਾਂ ਹੁੰਦਾ ਆ ਅਤੇ ਚਲੋ ਕਰਦੇ ਹਾਂ ਐਂਡਿੰਗ ਕਰੀਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਐਂਡਿੰਗ।